ਸਰਵਰ 'ਚ ਜਿਹੋ ਜਿਹੀ ਖਰਾਬੀ ਆਈ ਉਹਨੇ ਦੁਨੀਆ ਭਰ 'ਚ ਤਰਥੱਲੀ ਮਚਾ ਦਿੱਤੀ। ਕਈ ਮੁਲਕਾਂ ਦੇ ਵਿੱਚ ਕਿੰਨਾ ਕੁ ਸੇਵਾਵਾਂ ਪ੍ਰਭਾਵਿਤ ਹੋਈਆਂ, ਦੁਨੀਆ ਭਰ ਦੀਆਂ ਸੇਵਾਵਾਂ ਠੱਪ ਹੋਈਆਂ, ਚਾਹੇ ਉਹ ਫਲਾਈਟ ਬੁਕਿੰਗ ਦਾ ਮਸਲਾ ਹੋਵੇ, ਚਾਹੇ ਚੈੱਕ ਇਨ ਚੈੱਕ ਆਊਟ ਦਾ ਮਸਲਾ ਹੋਵੇ, ਚਾਹੇ ਉਹ ਬੈਂਕਿੰਗ ਦਾ ਮਸਲਾ ਹੋਵੇ, ਟੈਲੀਵਿਜ਼ਨ ਦਾ ਮਸਲਾ ਹੋਵੇ, ਵੱਡਾ ਅਸਰ ਪਿਆ ਅੱਜ ਮਾਈਕਰੋਸੋਫਟ ਦੇ ਸਰਵਰ 'ਚ। ਕਹਿੰਦੇ ਅੱਜ ਤਕਨੀਕੀ ਖਰਾਬੀ ਆਈ, ਇਸ ਦੇ ਕਾਰਨ ਦੁਨੀਆ ਭਰ ਦੇ ਵਿੱਚ ਏਅਰਲਾਈਨਸ, ਟੀਵੀ ਟੈਲੀਕਾਸਟ, ਬੈਂਕਿੰਗ, ਕਈ ਹੋਰ ਕਾਰਪੋਰੇਟ ਕੰਪਨੀਆਂ ਦੇ ਕੰਮਕਾਜ, ਸ਼ੇਅਰ ਮਾਰਕੀਟ, ਜੇ ਵੋ ਬਹੁਤ ਕੁਛ ਪ੍ਰਭਾਵਿਤ ਹੋਇਆ। ਭਾਰਤ ਸਣੇ ਦਰਜਨ ਦੇ ਕਰੀਬ ਮੁਲਕ ਨੇ ਜਿੱਥੇ ਇਹ ਸਮੱਸਿਆਵਾਂ ਆਈਆਂ, ਦੁਨੀਆ ਭਰ 'ਚ ਏਅਰਪੋਰਟ 'ਤੇ ਚੈੱਕ ਇਨ, ਟਿਕਟ ਬੁਕਿੰਗ 'ਚ ਦਿੱਕਤਾਂ ਆ ਗਈਆਂ ਅਤੇ ਫਲਾਈਟ ਲੇਟ ਹੋਣੀਆਂ, ਕੈਂਸਲ ਹੋਣੀਆਂ, ਇਹ ਸਾਰੀ ਕਵਾਇਦ ਵੱਧ ਗਈ, ਹੈ ਨਾ। ਭਾਰਤ ਦੀਆਂ ਚਾਰ ਏਅਰਲਾਈਨ, ਇੰਡੀਗੋ, ਸਪਾਈਸ ਜੈੱਟ, ਆਕਾਸ਼ਾ ਏਅਰ, ਏਅਰ ਇੰਡੀਆ ਐਕਸਪ੍ਰੈਸ, ਇਹਨਾਂ ਨੂੰ ਜਿਹੜੀਆਂ ਬੁਕਿੰਗਾਂ ਨੇ, ਚੈੱਕ ਇਨ ਹੈ, ਫਲਾਈਟ ਹੈ, ਅਪਡੇਟ ਹੈ, ਹੈ ਨਾ, ਉਹ ਸਾਰੀਆਂ ਦੱਸਣ 'ਚ ਤਕਨੀਕੀ ਮੁਸ਼ਕਲਾਂ ਆਈਆਂ ਅਤੇ ਉੱਥੇ ਲੋਕ ਜਲਖਵਾਰ ਹੁੰਦੇ, ਇੱਕ ਦੂਜੇ ਤੋਂ ਪੁੱਛਦੇ, ਕਾਊਂਟਰਾਂ 'ਤੇ ਪੜਤਾਲ ਕਰਦੇ, ਮੁਸ਼ਕਲ 'ਚ ਫਸ ਗਏ। ਜੇ ਮੈਂ ਇਸ ਸਵਾਲ ਨਾਲ ਗੱਲ ਕਰਾਂ ਕਿ ਕਿੱਥੇ ਕਿੱਥੇ ਮੁਸ਼ਕਲਾਂ ਆਈਆਂ, ਤਾਂ ਉਹਨਾਂ ਵਿੱਚ ਜਿਹੜੇ ਦੇਸ਼ ਜ਼ਿਆਦਾਤਰ ਮੁੱਖ ਤੌਰ 'ਤੇ ਜਿਹੜੇ ਪ੍ਰਭਾਵਿਤ ਹੋਏ ਅੱਜ ਇਸ ਸੋਫਟਵੇਅਰ ਕਰਕੇ, ਜਿਹੜਾ ਮਾਈਕਰੋਸੋਫਟ ਦੇ ਵਿੱਚ ਸਰਵਰ 'ਚ ਖਰਾਬੀ ਆਈ ਹੈ, ਉਹਦੇ ਕਰਕੇ ਉਹ 'ਚ ਅਮੈਰੀਕਾ, ਉਹ 'ਚ ਭਾਰਤ ਹੈ, ਬ੍ਰਿਟੇਨ ਹੈ, ਸਿੰਗਾਪੁਰ ਹੈ, ਫਰਾਂਸ ਹੈ, ਆਸਟ੍ਰੇਲੀਆ, ਨਿਊਜ਼ੀਲੈਂਡ ਹੈ। ਅਤੇ ਜੇ ਮੈਂ ਸੇਵਾਵਾਂ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਟੀ ਵੀ ਚੈਨਲ ਦੀ ਸੇਵਾਵਾਂ ਪ੍ਰਭਾਵਿਤ ਹੋਈਆਂ, ਏਅਰਲਾਈਨਸ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ, ਬੈਂਕਿੰਗ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ, ਸਟਾਕ ਐਕਸਚੇਂਜ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ, ਰੇਲਵੇ ਸਣੇ ਹੋਰ ਕਿੰਨੀਆਂ ਸੇਵਾਵਾਂ, ਸ਼ੇਅਰ ਮਾਰਕੀਟ, ਜੇ ਉਹ ਸਾਰਾ ਕੁਛ ਪ੍ਰਭਾਵਿਤ ਹੋਇਆ। ਸੋ ਇੱਕ ਵੱਡੀ ਲੰਬੀ ਚੌੜੀ ਰਿਪੋਰਟ ਹੈ ਜਿਹਦੇ ਉੱਤੇ ਚਰਚਾ ਕੀਤੀ ਜਾ ਸਕਦੀ ਹੈ ਇਹ ਕਿ ਉਹ ਕਹਿੰਦੇ ਜੀ ਕਿ ਹੈਦਰਾਬਾਦ ਅਤੇ ਬੰਗਲੌਰ 'ਚ ਜ਼ਿਆਦਾਤਰ ਕਾਰਪੋਰੇਟ ਕੰਪਨੀਜ਼ ਨੇ, ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਸਾਰੇ ਮੁਲਾਜ਼ਮਾਂ ਨੂੰ ਕਹਿਤਾ ਕਿ 2 ਘੰਟੇ ਲਈ ਕੰਪਿਊਟਰ ਸ਼ਟਡਾਊਨ ਕਰ ਦਿਉ, ਹੋ ਸਕਦਾ ਹੈ ਵਾਇਰਸ ਅਟੈਕ ਨਾ ਹੋਵੇ। ਜਦੋਂ ਕਿ ਮਾਈਕਰੋਸੋਫਟ ਵਾਲਿਆਂ ਦਾ ਕਹਿਣਾ ਕਿ ਸਮੱਸਿਆ ਦਾ ਪਤਾ ਲੱਗ ਗਿਆ, ਅਸੀਂ ਦਿੱਕਤ ਫੜ ਲਈ ਹੈ, ਉਸਨੂੰ ਠੀਕ ਕਰਨ 'ਚ ਜੁਟੇ ਹੋਏ ਹਾਂ, ਹੈ ਨਾ। ਅਤੇ ਇਹ ਇਸੇ ਤਰ੍ਹਾਂ ਮਤਲਬ ਯਾਤਰੀਆਂ ਦੀ ਮੁਸ਼ਕਲਾਂ ਦੇ ਲਈ ਏਅਰਲਾਈਨਸ ਟਵੀਟ ਦੇ ਉੱਤੇ ਦੱਸ ਰਹੀਆਂ ਨੇ ਕਿ ਘਬਰਾਓ ਨਾ, ਤੁਸੀਂ ਪਰਸਨਲੀ ਆ ਕੇ ਏਅਰਲਾਈਨਸ ਦਾ ਗਰਾਊਂਡ ਹੈਲਪ ਡੈਸਕ 'ਤੇ ਆ ਕੇ ਪਤਾ ਕਰੋ। ਸੋ ਹੁਣ ਉਹ ਔਨਲਾਈਨ ਚੈੱਕ ਚੁੱਕ ਕਰਨ ਦੀ ਕੋਸ਼ਿਸ਼ ਨਾ ਕਰੋ, ਉਹਦੇ ਪਰ ਗੜਬੜ ਹੈਗੀ ਆ। ਬ੍ਰੋਕਰਸ ਹਾਊਸ ਪ੍ਰਭਾਵਿਤ ਹੋ ਗਏ, ਹੈ ਨਾ, ਟ੍ਰੇਡ ਮਾਰਕੀਟ ਸਾਰੀ ਪ੍ਰਭਾਵਿਤ ਹੋ ਗਈ। ਸੋ ਸਾਰੀਆਂ ਏਅਰਲਾਈਨਸ ਨੂੰ ਆਪਣੀ ਜਾਣਕਾਰੀ ਦੇਣੀ ਪੈ ਰਹੀ ਹੈ। ਸੋ ਭਾਰਤ, ਅਮਰੀਕਾ, ਬ੍ਰਿਟੇਨ, ਸਿੰਗਾਪੁਰ, ਫਰਾਂਸ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਮੁਲਕਾਂ ਦੇ ਵਿੱਚ ਏਅਰਲਾਈਨਸ ਤੋਂ ਲੈ ਕੇ, ਏਅਰਪੋਰਟ ਦੀਆਂ ਸਹੂਲਤਾਂ ਤੋਂ ਲੈ ਕੇ, ਟੀ ਵੀ ਚੈਨਲ ਤੱਕ, ਬੈਂਕਿੰਗ ਤੱਕ, ਏਅਰਪੋਰਟ ਅਤੇ ਰੇਲਵੇ, ਸਟਾਕ